ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਸਿਆਸੀ ਲੀਡਰ ਉਹਨਾਂ ਦੇ ਨਾਲ ਨਹੀਂ ਸੀ ਅਤੇ ਉਹ ਦੋਵੇਂ ਜਣੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ। ਦੋ ਤਿੰਨ ਮੇਨ ਇਸ਼ੂਜ਼ ਹੈ। ਇੱਕ ਸਭ ਤੋਂ ਵੱਡਾ ਇਸ਼ੂ ਹੈ, ਅੱਜ ਕਿਸਾਨ ਮੰਡੀਆਂ 'ਚ ਰੁਲ ਰਿਹਾ, ਤਿੰਨ ਤਿੰਨ ਦਿਨ ਉਹਦੀ ਫਸਲ ਖਰੀਦੀ ਨਹੀਂ ਜਾਂਦੀ। ਕਿਉਂ? ਕਿਉਂਕਿ ਅੱਗੇ ਮਾਲ ਮੰਡੀ ਭਰੇ ਪਏ ਆ, ਉਹ ਆ ਨਹੀਂ ਸਕਦਾ। ਤਿੰਨ ਤਿੰਨ ਦਿਨ ਉਹਨੂੰ ਬਹਿਣਾ ਪੈਂਦਾ, ਆਪਣੀ ਫਸਲ ਦੀ ਰਾਖੀ ਕਰਨੀ ਪੈਂਦੀ ਹੈ। ਜਾਇਜ਼ਾ ਮੌਸਮ ਹੈ, ਕਿਸੇ ਟਾਈਮ ਵੀ ਜੇ ਮੌਸਮ ਵਿਗੜ ਜਾਏ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦੀ ਕਿਸਾਨੀ 'ਚ ਹੋਊਗਾ। ਮੈਂ ਤਾਂ ਹੈਰਾਨ ਹੈ ਕਿ ਪੰਜਾਬ ਸਰਕਾਰ ਦਾ ਕੋਈ ਔਫਿਸਰ DC ਕੋਈ ਵੀ ਮੰਡੀਆਂ 'ਚ ਨਹੀਂ ਹੈ। ਗਲੱਟ ਹੋਇਆ ਪਿਆ, ਲਿਫਟਿੰਗ ਖਤਮ ਹੈ। ਇੰਨਾ ਕਿਓਸ ਮੰਡੀਆਂ 'ਚ ਮੈਂ ਅੱਜ ਤੱਕ ਨਹੀਂ ਦਿੱਤਿਆ, ਪਿਛਲੇ 20-25 ਸਾਲਾਂ 'ਚ ਇੰਨਾ ਨਹੀਂ ਦੇਖਿਆ ਕਿਓਸ ਜਿੰਨਾ ਹੁਣ ਇਸ ਸਰਕਾਰ ਦੇ ਥੱਲੇ। ਆ ਇਹਨਾਂ ਦੀ ਪਹਿਲੀ ਪ੍ਰੋਕਿਓਰਮੈਂਟ ਜਿਹੜੀ ਹੋਈ ਹੈ, ਇਹਦਾ ਇੰਨਾ ਬੁਰਾ ਹਾਲ ਹੈ, ਐਂ ਲੱਗਦਾ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਕੋਲ। ਦੂਜੀ ਗੱਲ ਜਿਹੜੀ ਹੈਗੀ, ਆ ਜਿਹੜਾ ਸਿਲੇਬਸ, ਇਹਨਾਂ ਨੇ ਪੂਰਾ ਇਤਿਹਾਸ ਹੀ ਗਾਇਬ ਕਰ ਦਿੱਤਾ। ਸੋ ਜਿਹੜਾ ਮੈਂ ਇਸ ਸਰਕਾਰ ਬਾਰੇ ਦੇਖਿਆ, ਤੁਸੀਂ ਦੇਖੋ ਜੀ ਕਿ ਆਹ ਦਰਬਾਰ ਸਾਹਿਬ ਦੇ ਹੈਰੀਟੇਜ ਵਾਕ ਆਪਾਂ ਇੰਨੀ ਖੂਬਸੂਰਤ ਜਗ੍ਹਾ ਬਣਾਈ, ਮੇਨਟੇਨੈਂਸ ਖਤਮ, ਕੋਈ ਇੰਟਰਸਟ ਹੀ ਨਹੀਂ ਇਹਨਾਂ ਨੂੰ, ਕੋਈ ਮੇਨਟੇਨੈਂਸ ਦਾ ਇੰਟਰਸਟ ਨਹੀਂ ਹੈ। ਹੁਣ ਇਹਨੇ ਇਤਿਹਾਸ ਬਾਰੇ ਵੀ ਸਿਲੇਬਸ 'ਚੋਂ ਕੱਢ ਦਿੱਤਾ, ਜਿੰਨੀਆਂ ਆਪਣੀ ਯਾਦਗਾਰਾਂ ਬਣਾਈਆਂ ਉਹਨਾਂ ਦੀ ਮੇਨਟੇਨੈਂਸ ਬੰਦ ਕਰ ਦਿੱਤੀ, ਪੈਸੇ ਨਹੀਂ ਭੇਜ ਰਹੇ। ਹੁਣ ਜਿਹੜੇ ਅੰਮ੍ਰਿਤਸਰ ਦੀ ਹੋਲੀ ਸਿਟੀ ਹੈ, ਇੰਨੀ ਖੂਬਸੂਰਤ ਬਣਾਈ ਸੀ, ਅੱਜ ਮੈਂ ਦੇਖਿਆ ਕਿੰਨਾ ਗੰਦ ਪਿਆ ਸੀ। BRTS ਸਿਸਟਮ ਜਿਹੜਾ ਬਹੁਤ ਵੱਡਾ ਰੈਵੋਲਿਊਸ਼ਨਰੀ ਸਟੈਪ ਸੀ, ਉਹ ਵੀ ਹਾਲੇ ਤੱਕ ਉਹਨਾਂ ਨੇ ਚਾਲੂ ਨਹੀਂ ਕੀਤਾ। ਬੱਸਾਂ 1 ਸਾਲ ਦੀਆਂ ਉੱਥੇ ਖੜੀਆਂ, 1 ਸਾਲ ਬਾਅਦ ਉਹਨਾਂ ਨੂੰ ਇੰਜਨ ਵੀ ਸੀਜ਼ ਹੋ ਜਾਂਦੇ। ਆਹ ਹਰ ਚੀਜ਼ ਨੂੰ ਪ੍ਰੋਫਿਟ ਨਾਲ ਗਿਣਦੇ ਆ ਕਿ ਹਰ ਇਹਦੇ ਸਾਡਾ ਮੁਨਾਫਾ ਕਿੰਨਾ ਆਉਂਦਾ, ਸਾਡੇ ਕੋਲ ਪ੍ਰੋਫਿਟ ਨਹੀਂ ਆਉਂਦਾ। ਸਰਕਾਰਾਂ ਦਾ ਕੰਮ ਪ੍ਰੋਫਿਟ ਨਹੀਂ, ਸਰਕਾਰਾਂ ਦਾ ਕੰਮ ਹੈ ਵੈਲਫੇਅਰ ਸਟੇਟ ਹੁੰਦੀ ਹੈ ਸਰਕਾਰ। ਆ ਇਹਨਾਂ ਨੂੰ BRTS ਜਾਂ ਇੱਥੇ ਹੈਰੀਟੇਜ ਵਾਕ ਦੀ, ਜਾਂ ਜਿਹੜੇ ਥੱਲੇ ਆਪਾਂ ਜਿਹੜਾ ਆਪਾਂ ਇੰਟਰਪ੍ਰੀਟੇਸ਼ਨ ਸੈਂਟਰ ਬਣਾਇਆ, ਜੇ 6-6 ਮਹੀਨੇ ਤਨਖਾਹ ਨਹੀਂ ਦਿਉਂਗੇ, ਓਬਵੀਅਸਲੀ ਕਿੰਨਾ ਬਾੜਾ ਇੰਪਰੈਸ਼ਨ ਬਾਹਰਲੇ ਜਿਹੜੇ ਗੈਸਟ ਆ ਰਹੇ ਆ, ਜਿਹੜੇ ਆਪਣੇ ਪਿਲਗ੍ਰਿਮਸ ਆ ਰਹੇ ਆ, ਉਹਨਾਂ ਨੂੰ ਕਿਹੋ ਜਿਹਾ ਲੱਗੂਗਾ ਕਿ ਕਿੰਨੀ ਸੋਹਣੀ ਚੀਜ਼ ਬਣੀ ਸੀ, ਸਾਰੀ ਖਰਾਬ ਹੋ ਰਹੀ ਹੈ। ਸੋ ਐਟ ਦ ਮੋਮੈਂਟ ਮੈਂ ਕਹਿ ਸਕਦਾ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਕਲੈਪਸ ਕਰ ਗਈ ਹੈ। ਮੈਂ ਕਹਿੰਦਾ ਕਿ ਇਹ ਨਾਸਤਿਕ ਹੈ। ਤੁਸੀਂ ਇਹਨਾਂ ਨੂੰ ਦੇਖਿਆ ਕਿ ਆਹ ਤਾਂ ਤੁਸੀਂ ਵਿਸਾਖੀ ਦੀ ਛੁੱਟੀ ਬੰਦ ਕਰਤੀ ਸੀ ਇਹਨਾਂ ਨੇ, ਤੁਸੀਂ ਵਿਸਾਖੀ ਦੀ ਛੁੱਟੀ ਇਹਨਾਂ ਨੇ ਬੰਦ ਕਰ ਦਿੱਤੀ, ਜੋ ਰੌਲਾ ਪਾਇਆ ਫਿਰ ਵਿਸਾਖੀ ਦੀ ਛੁੱਟੀ ਇਹਨਾਂ ਨੇ ਸ਼ੁਰੂ ਕੀਤੀ। ਆਹ ਡਿਸਇੰਟਰਸਟਿਡ ਹੈ, ਇਹਨਾਂ ਕੋਈ ਇੰਟਰਸਟ ਨਹੀਂ, ਕੋਈ ਇਹਨਾਂ ਨੂੰ ਫੇਥ ਨਹੀਂ ਕੋਈ। ਹੁਣ ਬਾਦਲ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ, ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਸਰਕਾਰੀ ਤੌਰ 'ਤੇ ਮਨਾਏ ਜਾਂਦੇ ਸੀ, ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਸਰਕਾਰੀ ਖਰਚੇ ਨਾਲ ਸਜਾਇਆ ਸੀ। ਮਤਲਬ ਘੱਟ ਤੋਂ ਘੱਟ 1000 ਕਰੋੜ ਲਾਇਆ ਸੀ, ਇੱਥੇ 5 ਕਰੋੜ ਨਹੀਂ ਲਾ ਸਕਦੇ। ਪਹਿਲੇ ਹਰ ਤਰ੍ਹਾਂ ਦੇ ਧਰਨੇ ਲੱਗਦੇ ਸੀ, ਮੰਡੀਆਂ 'ਚ ਫਸਲਾਂ ਭਰੀਆਂ ਹੋਈਆਂ ਨੇ, ਕੋਈ ਧਰਨਾ ਨਹੀਂ। ਬੇਅਦਬੀਆਂ ਹੋ ਰਹੀਆਂ ਨੇ, ਕੋਈ ਧਰਨਾ ਨਹੀਂ। ਵਿਕਾਸ ਦੇ ਕੰਮ ਠੱਪ ਹੋ ਗਏ, ਕੋਈ ਧਰਨੇ ਨਹੀਂ। ਸਹੂਲਤਾਂ ਲੋਕਾਂ ਦੀ, ਆਟੇ ਦਾਲ, ਪੈਨਸ਼ਨ, ਸ਼ਗਨ ਬੰਦ ਹੋ ਗਏ, ਕੋਈ ਰੌਲਾ ਰਗੋਲਾ, ਕੁਛ ਵੀ ਨਹੀਂ। ਅਤੇ ਹੁਣ ਜਿਹੜੇ ਪਰਿਵਾਰਵਾਦ ਦਾ ਇਲਜ਼ਾਮ ਸਾਡੇ ਉੱਤੇ ਲਾਉਂਦੇ ਸੀ, ਆਪ ਦੇ ਪਰਿਵਾਰ ਦੇ ਮਗਰ ਲੱਗ ਕੇ ਉਹਨਾਂ ਨੂੰ ਅਹੁਦਿਆਂ 'ਚ ਬਿਠਾ ਰਹੇ ਨੇ, ਘਰ ਘਰ ਨੌਕਰੀ ਦੂਜਿਆਂ ਨੂੰ ਕੀ ਦੇਣੀ ਸੀ, ਆਪਣੇ ਪਰਿਵਾਰ ਵਾਲਿਆਂ ਦੀ ਨੌਕਰੀਆਂ ਪੂਰੀ ਕਰਨ 'ਚ ਲੱਗੇ ਹੋਏ ਨੇ। ਲੇਕਿਨ ਇਸ ਸਰਕਾਰ ਦੀ ਡੋਗਲੀ ਰਾਜਨੀਤੀ ਲੋਕਾਂ ਨੇ ਦੇਖ ਲਿੱਤੀ। ਅੱਜ ਦਰਬਾਰ ਸਾਹਿਬ 'ਚ ਆਏ ਹਾਂ, ਤੁਸੀਂ ਆਸ ਪਾਸ ਜਾ ਕੇ ਦੇਖੋ ਕਿੰਨਾ ਕੂੜਾ ਕੜਕਟ, ਕਿੰਨਾ ਗੰਦ ਫੈਲਿਆ ਹੋਇਆ ਹੈ। ਪਤਾ ਲੱਗਿਆ ਕਿ ਕੂੜਾ ਸਫਾਈ ਵਾਲੀ ਕੰਪਨੀ ਨੂੰ ਜਿੱਥੇ ਤਾਂ ਅਸੀਂ ਪੈਸੇ ਦੇ ਕੇ ਗਏ ਸੀ, ਉਹਦੇ ਬਾਅਦ ਇੱਕ ਧੇਲਾ ਨਹੀਂ ਮਿਲਿਆ। ਜਿਹਨਾਂ ਨੂੰ ਧਾਰਮਿਕ ਸਥਾਨਾਂ ਦੇ ਬਾਰੇ ਚਿੰਤਾ ਨਹੀਂ, ਤੇ ਇਹਨਾਂ ਨੇ ਸੂਬੇ ਦੇ ਲੋਕਾਂ ਦੀ ਕੀ ਚਿੰਤਾ ਕਰਨੀ ਹੈ? ਇੱਥੇ ਜਿਹੜਾ ਬਹੁਤ ਵਧੀਆ ਥੱਲੇ ਇੱਥੇ ਬਣਾਇਆ ਸੀਗਾ, ਜਿੱਥੇ ਦਰਬਾਰ ਸਾਹਿਬ ਦੇ ਇੱਥੇ ਅੱਡ ਅੱਡ ਤਰ੍ਹਾਂ ਦੇ ਵਿਆਖਿਆ ਕੇਂਦਰ ਕਹਿ ਲਈਏ, ਤੇ ਉੱਥੇ ਕੁਛ ਦੇਖਣ ਨੂੰ ਮਿਲਦਾ ਸੀ, ਉਹਨਾਂ ਦਾ ਵੀ ਤਨਖਾਹਾਂ ਨਹੀਂ ਦਿੱਤੀਆਂ ਨੇ, ਉਹ ਵੀ ਬਣਾ ਬਣਾਇਆ ਸਾਰਾ ਠੱਪ ਹੋ ਗਿਆ। ਸੋ ਜਿਹੜੀ ਚੀਜ਼ਾਂ ਸੁੰਦਰੀਕਰਨ ਕੀਤਾ ਸੀ, ਜਿਹੜੀ ਸਹੂਲਤਾਂ ਬਣਾਈਆਂ ਸੀ, ਉਹ ਸਭ ਬੰਦ ਹੋ ਰਿਹਾ ਹੈ। ਖਜ਼ਾਨੇ ਨੂੰ ਲੁੱਟ ਲੁੱਟ ਕੇ ਸਾਲ ਭਰ ਦਾ ਪੈਸਾ ਇਹ ਕਿੱਥੇ ਲਿਜਾ ਰਹੇ ਨੇ, ਕਿਵੇਂ ਖਾ ਰਹੇ ਨੇ, ਸਾਹਮਣੇ ਆ ਰਿਹਾ, ਜਿਹੜੇ ਆਪਣੇ ਚਿਹਤਿਆਂ ਨੂੰ ਬਿਠਾ ਕੇ, ਆਪਣੇ ਪਰਿਵਾਰ ਨੂੰ ਬਿਠਾ ਕੇ ਲੁੱਟਣ 'ਚ ਲੱਗੇ।
की कह सकते हैं इस सरकार बारे, इस सरकार बारे जिन्ना घट कहिए इन्हों ना पंजाब की ना पंजाबीयत की ना धर्म की, जिहड़ा सिद्धू साहब चिट्टा हाथी विरासत खालसा नू कह सकते ने, हुण इन्हां दे सिक्ख्या मंत्री जिहड़े आप दसवीं पासे गुरु इतिहास नू खत्म कर सकते ने, दरबार साहब दे सुंदरीकरण नू ठप करके उत्थे गंदगी फैला सकते ने, ते इह गुरु भी देख रहे ने ते जनता भी देख रही है। ਉਹੀ ਧੱਕਾਸ਼ਾਹੀ ਜਿਹੜਾ ਗੁਰਦਾਸਪੁਰ 'ਚ ਹੋਇਆ, ਜਿਹੜੀ ਐਮ ਸੀ ਇਲੈਕਸ਼ਨਾਂ 'ਚ ਹੋਇਆ, ਲੋਕਾਂ ਨੂੰ ਡਰਾ ਧਮਕਾ ਕੇ, ਲੇਕਿਨ ਠੀਕ ਹੈ ਜ਼ੋਰ ਜ਼ਬਰ ਦੇ ਨਾਲ ਤਾਂ ਕਿਸੇ ਨੇ ਅੱਜ ਤਾਈਂ ਕੁਛ ਨਹੀਂ ਖੱਟਿਆ, ਹੁਣ ਤਾਂ ਲੋਕ ਜ਼ੋਰ ਜ਼ਬਰ ਦੇ ਜਵਾਬ ਜਾਂ ਦੇਣਗੇ ਵੋਟਾਂ ਦੇ ਰਾਹੀਂ, ਇਹਨਾਂ ਦੇ ਸਾਹਮਣੇ ਆਪੇ ਆਜੂਗਾ। ਜਿੰਨੀ ਦੇਰ ਜ਼ੋਰ ਜ਼ਬਰ ਚੱਲਦਾ ਚਲਾਈ ਜਾਣਗੇ, ਲੇਕਿਨ ਉਹ ਦਿਨ ਦੂਰ ਨਹੀਂ ਜਿਹੜੀ ਇਹਨਾਂ ਦੇ ਸਾਲ ਭਰ ਦੀ ਕਰਤੂਤਾਂ ਲੋਕ ਬਸ ਇਹਨਾਂ ਨੂੰ ਜਵਾਬ ਦੇਣ ਵਾਸਤੇ ਬੈਠੇ ਨੇ। ਲੋਕ ਸਭਾ ਦੀ ਚੋਣ ਆ ਰਹੀ ਹੈ, ਸ਼ਾਹਕੋਟ ਦੀ ਚੋਣ ਆ ਰਹੀ ਹੈ, ਨਤੀਜੇ ਇਹਨਾਂ ਦੇ ਸਾਹਮਣੇ ਹੋਣਗੇ। ਜਾਗਤੀ ਲੈ ਲਈ ਅੰਮ੍ਰਿਤਸਰ ਤੋਂ ਅਮਨ ਮਹਾਲ ਦੀ ਰਿਪੋਰਟ।